ਪਿਛਲੇ ਥੋੜੀ ਜਿਹੀ ਵਿਦੇਸ਼ ਫੇਰੀ ਸੀਗੀ ਉੱਥੇ ਜੋ ਕੁਝ ਵਾਪਰਿਆ ਇਹਦਾ ਮਤਲਬ ਪਾਰਟੀ ਦੇ ਨਾਲ ਜਿਹੜੇ ਕਰਕੇ ਲੋਕ ਨਾਰਾਜ਼ ਨੇ ਉਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਿਆ? ਦੇਖੋ ਮੇਰੇ ਨਾਲ ਖਾਲਿਸਤਾਨ ਜਿਹੜੇ ਮੰਗਦੇ ਨੇ ਮੇਰੀ ਕੋਈ ਤਕਲੀਫ ਨਹੀਂ, ਉਹ ਲੜਨ। ਮੇਰੇ ਨਾਲ ਸਿਰਫ ਸਿੱਖ ਫੋਰ ਜਸਟਿਸ ਨੇ ਹਮੇਸ਼ਾ ਪੰਗਾ ਲਿਆ। ਹੁਣ ਤੁਸੀਂ ਮੈਨੂੰ ਕਹਿੰਦੇ ਹੋ, ਤੁਹਾਡਾ ਸਵਾਲ ਇਹ ਹੈ ਕਿ ਬਰਗਾੜੀ ਕਰਕੇ ਅਤੇ ਡੇਰਾ ਮਾਫੀ ਕਰਕੇ ਮੇਰੇ 'ਤੇ ਹਮਲਾ ਹੋਇਆ, ਬੜਾ ਅਸੀਂ ਉਹਦੀ ਨਿੰਦਾ ਕਰਦੇ, ਉਹ ਚੀਜ਼ ਨਹੀਂ ਸੀ ਠੀਕ। ਪਰ ਗੱਲ ਇਹ ਹੈ ਵੀ ਮੇਰਾ ਸਵਾਲ ਇਹ ਹੈ ਕਿ ਵੀ ਕੀ ਤੁਹਾਡੀ ਪਾਰਟੀ ਦਾ ਕਰਕੇ ਟਾਰਗੇਟ ਤੁਸੀਂ ਹੋ ਗਏ? ਮੇਰੀ ਗੱਲ ਸੁਣੋ, ਮੈਂ 2014 ਜਾਂਦਾ ਵਾਂ ਵੈਨਕੂਵਰ, ਮੈਨੂੰ ਉੱਥੇ ਘੇਰਿਆ ਜਾਂਦਾ, ਤੁਸੀਂ ਯੂਟਿਊਬ 'ਤੇ ਦੇਖ ਲਓ, ਇੱਕ ਲੇਡੀ ਹੈ, 8-10 ਬੰਦੇ ਨੇ ਮੈਨੂੰ ਸਵਾਲ ਜਵਾਬ ਕਰਦੇ ਪਏ, ਮੇਰੇ ਗੋਡੇ ਦਾ ਆਪਰੇਸ਼ਨ ਹੋਇਆ, ਸੋਟੀ ਲੈ ਕੇ ਮੈਂ ਤੁਰਦਾ ਪਿਆ ਔਰ ਮੈਂ ਚੱਲ ਰਿਹਾ ਵਾਂ। ਮੈਂ 2015 ਜਾਂਦਾ ਸਿੱਖ ਫੋਰ ਜਸਟਿਸ ਨਿਊਯਾਰਕ 'ਚ, ਮੈਨੂੰ ਵੀ ਸੰਮਣ ਦਿੰਦਾ, ਜਿਹੜੇ ਸੰਮਣ ਉਹ ਕਦੀ ਕੈਪਟਨ ਸਾਹਿਬ ਨੂੰ ਦਿੰਦੇ ਨੇ, ਕਦੀ ਉਹ ਦਿੰਦੇ ਨੇ ਆਪਣੇ ਸੋਨੀਆ ਗਾਂਧੀ ਨੂੰ, ਕਦੀ ਉਹ ਮਨਮੋਹਨ ਸਿੰਘ ਨੂੰ ਜਾਂ ਬਾਦਲ ਸਾਹਿਬ ਨੂੰ ਕੈਪਟਨ ਦਿੰਦੇ ਨੇ। ਇਹਨਾਂ ਨੇ ਤਾਂ ਕਿਸੇ ਨੇ ਸੰਮਣ ਲਿਆ ਨਹੀਂ, ਮੈਂ ਸੰਮਣ ਲਿਆ, ਲੜਿਆ ਔਰ ਇਹਨਾਂ ਨੂੰ ਮੂੰਹ ਭਾਣੇ ਡੇਕਿਆ, ਉਹ ਕੇਸ ਮੈਂ ਨਿਊਯਾਰਕ ਕੋਰਟ 'ਚੋਂ ਜਿੱਤਿਆ ਵਾਂ। ਹੁਣ ਉਸ ਵੇਲੇ ਤਾਂ ਬਰਗਾੜੀ ਨਹੀਂ ਹੋਇਆ ਸੀ, ਉਸ ਵੇਲੇ ਤਾਂ ਡੇਰਾ ਮਾਫੀ ਨਹੀਂ ਹੋਈ ਸੀ, ਉਸ ਵੇਲੇ ਮੇਰੇ ਨਾਲ ਕਿਉਂ ਕਰਦੇ ਸੀ? ਕੀ ਭੁੱਲਰ ਸਾਹਿਬ ਦੀ ਫਾਂਸੀ ਕਰਾਂ 'ਚ, ਮਾਫ਼ ਕਰਾਂ 'ਚ ਸਾਡਾ ਕੀ ਰੋਲ ਹੈ? ਕੁੱਕੀ ਗਿੱਲ ਨੂੰ ਜੇਲ੍ਹ 'ਚੋਂ ਕੱਢਣ 'ਚ ਸਾਡਾ ਕੀ ਰੋਲ ਹੈਗਾ? ਰਾਜੂਆਣਾ ਜੀ ਹੋ ਜਾਣ, ਅੱਜ ਜੇਲ੍ਹ 'ਚ ਬੈਠੇ ਨੇ, ਹਵਾਰਾ ਸਾਹਿਬ ਬੈਠੇ ਨੇ, ਲੋਹਰੀਆ ਸਾਹਿਬ ਬੈਠੇ ਨੇ, ਕਦੀ ਉਹਨਾਂ ਨੂੰ ਪੁੱਛ ਲਓ? ਜਾਂ ਇਸ ਤੋਂ ਇਲਾਵਾ ਜਿੰਨੇ ਜੇਲ੍ਹਾਂ 'ਚ ਲੋਕ ਬੈਠੇ ਨੇ, ਕਦੀ ਜਾ ਕੇ ਪੁੱਛੋ ਕਿ ਦਿੱਲੀ ਗੁਰਦੁਆਰਾ ਕਮੇਟੀ ਮੇਰੀ ਟੀਮ ਜਾਂ ਮਨਜੀਤ ਸਿੰਘ ਉਹਨਾਂ ਨਾਲ ਕਿੱਦਾਂ ਕਰਦਾ? 84 ਦੀ ਯਾਦਗਾਰ ਮੈਂ ਬਣਾਈ ਹੈ, ਕੇਸਿਸ ਅਸੀਂ ਲੜਦੇ ਪਏ ਹਾਂ, ਟਾਈਟਲਰ ਦੀ CD ਮੈਂ ਕੱਢ ਕੇ ਲਿਆਉਂਦਾ ਵਾਂ, ਮੇਰੇ 'ਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਦਾ, ਮੇਰੇ 'ਤੇ 1985 ਟ੍ਰਾਂਸਫਰ ਬੰਬ ਕੇਸ ਮੈਨੂੰ ਚੁੱਕ ਕੇ ਲੈ ਜਾਂਦੇ ਨੇ, ਇਹ ਸਾਰਾ ਕੁਝ ਮੇਰੇ ਨਾਲ ਹੋ ਚੁੱਕਾ। ਅੱਜ ਜਿਹੜੇ ਬੰਦੇ ਕੁਛ, ਮੈਂ ਤਾਂ ਹੈਰਾਨ ਹੁੰਦਾ ਕਿ ਜਿਹਨਾਂ ਨੂੰ ABC ਨਹੀਂ ਪਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਕੌਣ ਸੀਗੇ, ਅੱਜ ਉਹ ਸਿਰਫ ਫੋਟੋ ਪਾ ਕੇ ਤੁਸੀਂ ਉਸ ਆਈਡੀਓਲੋਜੀ ਨੂੰ ਅਪਣਾ ਲਿਆ।